ਸਤਿ ਸ਼੍ਰੀ ਅਕਾਲ ਜੀ। ਲਓ ਨਵੀਂ ਵੀਡੀਓ, ਜੌਨ ਡੀਅਰ ਦੇ ਡਿਜੀਟਲ ਮੀਟਰ ਬਾਰੇ ਇਨਫੋਰਮੇਸ਼ਨ ਹੈ। ਅਤੇ ਦੇਖਿਓ ਵੀਡੀਓ ਪੂਰੀ, ਅਤੇ ਲਾਈਕ ਸ਼ੇਅਰ, ਅਤੇ ਮੇਰੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ, ਕਰੋ ਇੰਜੋਏ ਵੀਡੀਓ। ਜੀ ਵੀਰ ਜੀ, ਇਹਦਾ ਡੈਸ਼ਬੋਰਡ ਜਿਹੜਾ ਆ ਉਹ ਪੈਨਲ ਮੀਟਰ ਜਿਹੜਾ ਆ ਇਹ ਬਾਕੀ ਟਰੈਕਟਰਾਂ ਨਾਲੋਂ, 50-50 ਦਾ ਕੋਈ ਵੀ ਟਰੈਕਟਰ ਉਹਦੇ ਨਾਲੋਂ ਵੱਖਰਾ ਆ। ਇਹਦੇ ਵਿੱਚ ਇਹ ਬਲਿੰਕ ਕਰਦਾ ਪਿਆ ਆ, ਇਹ GPS ਦਾ ਨਿਸ਼ਾਨ ਹੈ। ਅਤੇ ਇਹਦੇ ਉੱਤੇ ਸਿਸਟਮ ਇੱਦਾਂ ਬਣਿਆ ਹੋਇਆ ਵੀ ਤੁਸੀਂ ਦੱਬੋਗੇ ਤਾਂ ਇਹ ਜੋਬ ਟਾਈਮ ਦੱਸਦਾ ਪਿਆ। ਇੱਕ ਵਾਰ ਟੈਂਕੀ ਭਰਨ ਤੋਂ ਬਾਅਦ ਅਸੀਂ ਹਾਲੇ ਤੱਕ 9 ਘੰਟੇ ਅਤੇ 4 9.5 ਘੰਟੇ ਲਗਭਗ ਅਸੀਂ ਚਲਾ ਹਟੇ ਹਾਂ। ਤੁਸੀਂ ਇਹਨੂੰ ਜੀਰੋ ਕਰ ਦੋਗੇ, ਦੱਬ ਰੱਖੋਗੇ ਤਾਂ ਜੀਰੋ ਹੋ ਜਾਣਾ। ਜਦੋਂ ਵੀ ਟੈਂਕੀ ਪਾਉਣੀ ਆ, ਤੇਲ ਪਾਉਣਾ ਆ, ਤੁਸੀਂ ਆਪਣਾ ਟਾਈਮ, ਜਾਂ ਸਾਨੂੰ ਪਤਾ ਹੈ ਕਿ ਇੱਕ ਟੈਂਕੀ ਦੇ ਵਿੱਚ 10 ਘੰਟੇ ਜਾਂ 15 ਘੰਟੇ ਕੰਮ ਕਰਦਾ, ਤੁਸੀਂ ਆਪਣੀ ਐਵਰੇਜ ਲੈਣੀ ਆ ਤਾਂ ਆਰਾਮ ਨਾਲ ਲੈ ਸਕਦੇ ਆ। ਇਹ ਏਕੜ ਆ ਗਿਆ, ਇਹ ਜਿਸਲੇ ਤੁਸੀਂ ਟਰੈਕਟਰ ਚਲਾਉਂਦੇ ਆ ਤਾਂ ਇਹ ਆਪਣਾ ਖੇਤ ਦਾ ਰਕਬਾ ਦੱਸ ਦਿੰਦਾ, ਪਰ ਅਸੀਂ ਇਹ ਕਦੀ ਚਲਾਇਆ ਨਹੀਂ, ਨਾ ਇਹਦੇ ਬਾਰੇ ਬਹੁਤ ਸਾਨੂੰ ਨੌਲੇਜ ਹੈ। ਸਪੀਡ ਹੈ, ਵੋਲਟੇਜ ਦੱਸਦਾ, ਟੋਟਲ 2555 ਘੰਟੇ ਇਹ ਚੱਲ ਚੁੱਕੇ ਹੈ।